ਅਮਰitsar ਦੇ ਵਿੱਚ ਇੱਕ ਮੌਤ ਦਾ ਵੀਡੀਓ ਅੱਜਕੱਲ੍ਹ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਇੱਕ ਇੱਕ ਵਿਅਕਤੀ ਨੂੰ ਉਸਦੇ ਦੋਸਤ ਦੇ ਵੱਲੋਂ ਕਤਲ ਕਰਨ ਦਾ ਵੀਡੀਓ ਸਾਹਮਣੇ ਆਇਆ ਹੈ ਦਰਸਲ ਅਮਰitsar ਦੇ ਸੁਲਤਾਨਵਿੰਡ ਇਲਾਕੇ ਦੇ ਵਿੱਚ ਵਿਕਰਮ ਨਾਮਕ ਨੌਜਵਾਨ ਦੀ ਸਿਮਰਨਜੀਤ ਸਿੰਘ ਨਾਮਕ ਨੌਜਵਾਨ ਦੇ ਵੱਲੋਂ ਕਿਸੇ ਪਰਿਵਾਰਕ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ ਇਸੇ ਵਿਚਕਾਰ ਜਦੋਂ ਵਿਕਰਮ ਦੇ ਪਰਿਵਾਰ ਵਾਲੇ ਆਪਣੀ ਗਲੀ ਦੇ ਵਿੱਚੋਂ ਗੁਜ਼ਰ ਰਹੇ ਸਨ ਤਾਂ ਜਿਸ ਤੋਂ ਬਾਅਦ ਸਿਮਰਨ ਨੇ ਵਿਕਰਮ ਦੇ ਘਰ ਵਾਲਿਆਂ ਨੂੰ ਧਮਕੀਆਂ ਦਿੱਤੀਆਂ ਜਿਸ ਤੋਂ ਬਾਅਦ ਵਿਕਰਮ ਅਤੇ ਸਿਮਰਨਜੀਤ ਦੇ ਵਿਚਕਾਰ ਤਣਾਅ ਵਧ ਗਿਆ ਇਸੇ ਵਿਚਕਾਰ ਸਿਮਰਨਜੀਤ ਨੇ ਵਿਕਰਮ ਦੇ ਸਿਰ ਦੇ ਉੱਤੇ ਤੇਜ਼ ਤਾਰ ਹਥਿਆਰ ਦੇ ਨਾਲ ਵਾਰ ਕਰ ਦਿੱਤਾ ਜਿਸ ਤੋਂ ਬਾਅਦ ਵਿਕਰਮ ਬੇਹੋਸ਼ ਹੋ ਗਿਆ ਉਸ ਨੂੰ ਬੇਹੋਸ਼ੀ ਦੀ ਹਾਲਤ ਦੇ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਕਿ 2 ਦਿਨਾਂ ਬਾਅਦ ਉਸ ਨੇ ਦਮ ਤੋੜ ਦਿੱਤਾ ਇਸੇ ਵਿਚਕਾਰ ਇਲਾਕੇ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਇਹ ਘਟਨਾ ਕੈਦ ਹੋ ਗਈ ਹੈ ਜਿਸ ਤੋਂ ਬਾਅਦ ਜਾਂਚ ਦੇ ਵਿੱਚ ਇਹ ਘਟਨਾ ਦੇ ਉੱਪਰ ਜਦੋਂ ਪੁਲਿਸ ਨੇ ਛਾਣਬੀਣ ਕੀਤੀ ਤਾਂ ਇਹ ਵੀਡੀਓ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਕਿ ਸਿਮਰਨਜੀਤ ਨੇ ਵਿਕਰਮਦੇਵ ਸਿਰ ਦੇ ਉੱਤੇ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਕੀਤਾ ਅਤੇ ਉਸ ਤੋਂ ਬਾਅਦ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ ਹੈ। ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਪਰਿਵਾਰਕ ਮੈਂਬਰਾਂ ਨੇ 1 ਜਨਵਰੀ ਨੂੰ ਧਰਨਾ ਵੀ ਦਿੱਤਾ ਸੀ ਪਰ ਇਸੇ ਵਿਚਕਾਰ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸਾਰਾ ਸੱਚ ਉਜਾਗਰ ਹੋ ਗਿਆ ਹੈ। ਦੂਜੇ ਪਾਸੇ ਇਸ ਪੂਰੇ ਮਾਮਲੇ ਦੇ ਉੱਤੇ ਪੁਲਿਸ ਨੇ ਸੀਸੀਟੀਵੀ ਦੀ ਫੁਟੇਜ ਦੇ ਆਧਾਰ ਦੇ ਉੱਤੇ ਸਿਮਰਨਜੀਤ ਸਿੰਘ ਦੇ ਉੱਪਰ ਕਤਲ ਦਾ ਮਾਮਲਾ ਦਰਜ ਕੀਤਾ ਹੈ। ਅਤੇ ਆਪਣੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ 148 ਨਾਲ ਜਿਆਦਾ ਮਕਦਮਾ ਦਰਜ ਕੀਤਾ ਉਹਦੇ ਵਿੱਚ ਦੋਸ਼ੀ ਜਿਹੜਾ ਸਿਮਰਨਜੀਤ ਸਿੰਘ ਅਸੀਂ ਫੜ ਲਿਆ ਜੀ ਤੇ ਮੁੜ ਕੇ 307 302 ਦਾ ਵਾਅਦਾ ਕੀਤਾ ਜਦੋਂ ਮਜਰੂਹ ਵਿਕਰਮਜੀਤ ਸਿੰਘ ਦੀ ਡੈਥ ਹੋ ਗਈ ਹੈ ਸੀਸੀਟੀਵੀ ਵਿੱਚ ਕੀ ਸਾਹਮਣੇ ਆਇਆ ਹਾਂਜੀ ਸੀਸੀਟੀਵੀ ਵਿੱਚ ਕੀ ਸਾਹਮਣੇ ਆਇਆ ਸੀਸੀਟੀਵੀ 'ਚ ਇਹ ਸਾਹਮਣੇ ਆਇਆ ਵੀ ਇਹਦੇ ਪਰਿਵਾਰਕ ਮੈਂਬਰ ਤੇ ਆਪਣੇ ਸਿਮਰਨਜੀਤ ਹੈ ਜਿਹੜਾ ਉਹ ਕੁੱਟਮਾਰ ਕਰ ਰਿਹਾ ਤੇ ਉਹਦੇ ਸਿਰ 'ਚ ਮਾਰੀ ਮਲਗ ਗਨਾਸੀ ਮਾਰੀ ਹੈ ਤੇ ਉਸੇ ਵੇਲੇ ਡਿੱਗ ਪਿਆ ਮੁੜ ਕੇ ਉੱਠਿਆ ਹੀ ਨਹੀਂ ਫਿਰ ਘਰ ਵਾਲਿਆਂ ਨੇ ਉਹਨਾਂ ਨੂੰ ਚੁੱਕ ਕੇ ਹਸਪਤਾਲ ਦਾਖਲ ਦੋਖਲ ਕਰਾਤਾ ਤੇ ਉਹ ਇਲਾਜ ਦੇ ਦੌਰਾਨ ਉਹਦੀ ਮੁੰਡੇ ਦੀ ਡੈਥ ਹੋ ਗਈ ਹੈ ਤੇ ਹੁਣ ਇਹ ਕਿੰਨੇ ਕੁ ਦੋਸ਼ੀ ਫੜੇ ਗਏ ਨੇ ਤੇ ਕੀ ਕਰ ਲਈ ਜਾਂਦੇ ਨੇ ਦੋਸ਼ੀ ਫਿਲਹਾਲ ਆਪਣਾ ਸਿਮਰਨਜੀਤ ਸਿੰਘ ਆ ਉਹ ਫੜਿਆ ਗਿਆ ਤੇ ਰੇਡ ਰਿਸ਼ਤੇਦਾਰਾਂ ਦੇ ਉਹਨਾਂ ਦੇ ਕਰ ਰਹੇ ਆ ਜੀ ਸ਼੍ਰੀ ਅਬਰਤ ਸਰ ਸਾਹਿਬ ਤੋਂ ਸ਼ਮਸ਼ੇਰ ਸਿੰਘ ਦੀ ਰਿਪੋਰਟ ਕਰੇਦਾ ਟੀਵੀ